ਪਿਛਲੇ ਜਿਹੜੇ ਰਾਜਪਾਲ ਸੀਗੇ ਉਹਨਾਂ ਦੇ ਨਾਲ ਜ਼ਿਆਦਾ ਹੀ ਖਟਾਸ ਦੇਖਣ ਨੂੰ ਮਿਲੀ ਸੀਗੀ, ਔਰ ਇਸੇ ਵਜ੍ਹਾ ਕਰਕੇ ਕਈ ਵਾਰ ਸੈਸ਼ਨ ਜਿਹੜਾ ਕਾਫੀ ਲੰਮਾ ਚੱਲ ਪੈਂਦਾ ਸੀਗਾ। ਇਸ ਵਾਰ ਕਿਸ ਤਰੀਕੇ ਦੀ ਟਿਊਨਿੰਗ ਜਿਹੜੀ ਹੈ ਰਾਜਪਾਲ ਸਾਹਿਬ ਦੇ ਨਾਲ ਹੈ ਜਿਹੜੇ ਨਵੇਂ ਆਏ ਨੇ ਗੁਲਾਬ ਚੰਦ ਹੋਰੀ, ਔਰ ਉਹਨਾਂ ਨੇ ਸ਼ੁਰੂਆਤੀ ਦੌਰ ਤਾਂ ਚੰਗਾ ਮਾਹੌਲ ਨਜ਼ਰ ਆ ਰਿਹਾ? ਦੇਖੋ ਜੀ, ਸਾਰੇ ਚੰਗੇ ਨੇ ਜੀ। ਸੋ ਸਾਡੇ ਰਾਜਪਾਲ ਮਹਾਮਹਿਮ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਆਪਦੀ ਮਹਿਕ ਸਾਨੂੰ ਪਹੁੰਚਾਤੀ ਹੈ। ਉਹਨਾਂ ਦਾ ਮਤਲਬ ਬੜੇ ਪ੍ਰਸੰਨਤਾਪੂਰਵਕ ਉਹਨਾਂ ਨੇ ਜਿਹੜੀ ਹੈ ਸੈਸ਼ਨ ਨੂੰ ਬੁਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੋ ਉਹਨਾਂ ਦਾ ਧੰਨਵਾਦ ਕਰਦੇ ਹਾਂ, ਅੱਛੀ ਗੱਲ ਹੈ, ਅੱਛੀ ਸ਼ੁਰੂਆਤ ਹੈ ਜੀ। ਪਹਿਲਾਂ ਤਾਂ ਸੁਪਰੀਮ ਕੋਰਟ ਤੱਕ ਦਾ ਰੁਖ ਕਰਨਾ ਪੈ ਰਿਹਾ ਸੀਗਾ, ਔਰ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ 2-3-4 ਸਤੰਬਰ ਨੂੰ ਹੋਏਗਾ। ਰਾਜਪਾਲ ਦੇ ਵੱਲੋਂ ਮਨਜ਼ੂਰੀ ਮਿਲ ਗਈ ਹੈ, ਔਰ ਮੇਰੇ ਨਾਲ ਨੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਹੋਰੀ। ਸਰ, ਪਿਛਲੇ ਜਿਹੜੇ ਰਾਜਪਾਲ ਸੀਗੇ ਉਹਨਾਂ ਨਾਲ ਜਦੋਂ ਸੈਸ਼ਨ ਬੁਲਾਉਣਾ ਹੁੰਦਾ ਸੀ ਕਈ ਵਾਰ ਕਿੰਤੂ ਪਰੰਤੂ ਹੋਇਆ, ਸੁਪਰੀਮ ਕੋਰਟ ਤੱਕ ਦਾ ਰੁਖ ਕਰਨਾ ਪਿਆ, ਔਰ ਹੁਣ ਨਵੇਂ ਜਿਹੜੇ ਰਾਜਪਾਲ ਆਏ ਨੇ ਗੁਲਾਬ ਚੰਦ ਹੋਰੀ, ਮਨਜ਼ੂਰੀ ਦੇ ਦਿੱਤੀ ਹੈ, ਲੱਗਦਾ ਹੈ ਕਿ ਰਿਸ਼ਤੇ ਚੰਗੇ ਬਣਨਗੇ, ਔਰ 3 ਦਿਨ ਦਾ ਸੈਸ਼ਨ ਜਿਹੜਾ ਉਹ ਹੋਏਗਾ? ਦੇਖੋ ਜੀ, ਸਾਡੇ ਮਹਾਮਹਿਮ ਰਾਜਪਾਲ ਜੀ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਆਪਦੇ ਘਰ ਕਮਲਾਂ ਨਾਲ ਸਾਨੂੰ ਇਹ ਸੈਸ਼ਨ ਬੁਲਾਉਣ ਦੀ ਜਿਹੜੀ ਮਨਜ਼ੂਰੀ ਦਿੱਤੀ ਹੈ ਉਹਦੇ ਨਾਲ ਮੈਨੂੰ ਲੱਗਦਾ ਵੀ ਉਹਨਾਂ ਨੇ ਆਪਦੇ ਨਾਮ ਦੀ ਮਹਿਕ ਸਾਡੇ ਲਈ ਭੇਜੀ ਆ, ਔਰ ਇਹ ਚੰਗੀ ਸ਼ੁਰੂਆਤ ਹੈ। ਮੈਨੂੰ ਲੱਗਦਾ ਵੀ ਸਰਕਾਰ ਦਾ ਰਾਜਪਾਲ ਸਾਹਿਬ ਦਾ ਤਾਲਮੇਲ ਠੀਕ ਰਹੇਗਾ, ਔਰ ਸਗੋਂ ਕਈ ਜਿਹੜੀਆਂ ਸੈਂਟਰ ਤੋਂ ਕਰਾਉਣ ਵਾਲੀਆਂ ਜਿਹੜੀਆਂ ਕੰਮ ਨੇ ਉਹਨਾਂ 'ਚ ਮਦਦ ਕਰਨਗੇ। ਸੋ ਮੈਨੂੰ ਚੰਗਾ ਲੱਗਿਆ, ਮੈਂ ਉਹਨਾਂ ਦਾ ਧੰਨਵਾਦੀ ਹਾਂ। ਸੋ 2-3-4 ਅਗਲੇ ਮਹੀਨੇ ਦੀ ਉਦੋਂ ਸਾਡਾ ਜਿਹੜਾ ਸੈਸ਼ਨ ਬੁਲਾਇਆ ਜਾਏਗਾ, ਕਿਉਂਕਿ ਪਹਿਲਾਂ ਸੈਸ਼ਨ ਨੂੰ ਲੈ ਕੇ ਕਈ ਵਾਰ ਕਿੰਤੂ ਪਰੰਤੂ ਰਾਜਪਾਲ ਦੇ ਵੱਲੋਂ ਕੀਤਾ ਗਿਆ, ਸੁਪਰੀਮ ਕੋਰਟ ਦਾ ਰੁੱਖ ਕਰਨਾ ਪਿਆ, ਬਜਟ ਇਜਲਾਸ ਨੂੰ ਲੈ ਕੇ ਕਾਫੀ ਜ਼ਿਆਦਾ ਹੰਗਾਮਾ ਦੇਖਣ ਨੂੰ ਮਿਲਿਆ। ਹੁਣ ਜਿਹੜੇ ਨਵੇਂ ਰਾਜਪਾਲ ਸਾਹਿਬ ਆਏ, ਓਪਨਿੰਗ ਚੰਗੀ ਹੋਈ ਹੈ, ਲੇਕਿਨ ਅਫਸਰ ਉਹਨਾਂ ਨੇ ਵੀ ਜਿਹੜੇ ਆ ਉਹ ਲਗਾਤਾਰ ਬੁਲਾਉਣੇ ਸ਼ੁਰੂ ਕਰ ਦਿੱਤੇ ਹੋਏ। ਦੇਖੋ, ਮੈਨੂੰ ਇਹ ਲੱਗਦਾ ਵੀ ਅਧਿਕਾਰ ਖੇਤਰ ਦੇ ਵਿੱਚ ਇਨਫੋਰਮੇਸ਼ਨ ਲੈਣੀ ਗਵਰਨਰ ਸਾਹਿਬ ਵੱਲੋਂ ਉਹ ਲੈ ਸਕਦੇ ਆ। ਤਰੀਕੇ 'ਤੇ ਆਪਾਂ ਡਿਸਕਸ਼ਨ ਕਰ ਸਕਦੇ ਹਾਂ ਵੀ ਤਰੀਕਾ ਕੀ ਹੋਣਾ ਚਾਹੀਦਾ, ਮਿਊਚੁਅਲੀ ਬੈਠ ਕੇ CM ਸਾਹਿਬ ਗਵਰਨਰ ਸਾਹਿਬ ਨੂੰ ਡਿਸਕਸ ਕਰ ਲੈਣਗੇ, ਠੀਕ ਕਰ ਲੈਣਗੇ। ਮੈਨੂੰ ਲੱਗਦਾ ਠੀਕ ਹੋ ਜਾਏਗਾ, ਕੋਈ ਐਸੀ ਗੱਲ ਨਹੀਂ। ਮੈਨੂੰ ਲੱਗਦਾ ਨਹੀਂ ਹੈ ਵੀ ਇਹਦੇ 'ਚ ਕੋਈ ਹੁਣ ਘਟਾ। ਲੰਬਾ ਲੰਬਾ ਤਜ਼ਰਬਾ ਉਹਨਾਂ ਦਾ ਰਿਹਾ, ਰਾਜਸਥਾਨ ਦੇ ਹੋਮ ਮਿਨਿਸਟਰ ਰਹੇ ਹੈ, 8 ਵਾਰ ਵਿਧਾਇਕ ਰਹੇ ਨੇ, ਤਜ਼ਰਬਾ ਉਹਨਾਂ ਦਾ ਕਾਫੀ ਲੰਮਾ ਚੌੜਾ ਹੈ। ਤੁਹਾਡੀ ਮੁਲਾਕਾਤ ਹੋਈ, ਕੋਈ ਗੱਲਬਾਤ ਹੋਈ, ਔਰ ਬੋਡੀ ਲੈਂਗੁਏਜ ਤੋਂ ਅਮੂਮਨ ਚੀਜ਼ਾਂ ਦਾ ਪਤਾ ਚੱਲ ਜਾਂਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਕਈ ਵਾਰ ਇਲਜ਼ਾਮ ਲਗਾਉਂਦੀ ਰਹੀ ਦਿੱਲੀ ਦੇ LG ਨੂੰ ਲੈ ਕੇ, ਪੰਜਾਬ ਦੇ ਰਾਜਪਾਲ ਨੂੰ ਲੈ ਕੇ, ਕਿ BJP ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਨੇ। ਦੇਖੋ, ਜਿਨ੍ਹਾਂ ਦੀ ਆਪਣੀ ਸਟੈਂਡਿੰਗ ਹੁੰਦੀ ਹੈ ਨਾ, ਆਪਣਾ ਤਜਰਬਾ ਹੁੰਦਾ, ਉਹ ਲੋਕ ਸੰਵਿਧਾਨ ਨੂੰ ਅੱਗੇ ਰੱਖਦੇ ਆ। ਜਿਨ੍ਹਾਂ ਕੋਲ ਤਜਰਬਾ ਘੱਟ ਹੁੰਦਾ ਉਹ ਕਿਤੇ ਕੋਈ ਪ੍ਰੋਬਲਮ ਹੋ ਸਕਦੀ ਹੈ। ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਪ੍ਰੋਬਲਮ ਅੱਗੇ ਆਏਗੀ, ਮੈਨੂੰ ਨਹੀਂ ਲੱਗਦਾ। ਬੜਾ ਵੱਡਾ ਤਜਰਬਾ ਉਹਨਾਂ ਦਾ। ਤੁਸੀਂ ਜਦੋਂ ਵਿਰੋਧੀ ਧਿਰ ਦੇ ਵਿੱਚ ਸੀਗੇ, ਜਦੋਂ ਕਾਂਗਰਸ ਦੀ ਸਰਕਾਰ ਸੀਗੀ, ਉਦੋਂ ਕਹਿੰਦੇ ਸੀ ਸੈਸ਼ਨ 3 ਦਿਨ ਦਾ ਕੀ ਹੋਏਗਾ, 3 ਦਿਨ ਦੇ ਵਿੱਚ ਤਾਂ ਕੁਛ ਹੁੰਦਾ ਹੀ ਨਹੀਂ ਹੈ, ਔਰ ਹੁਣ 3 ਦਿਨ ਦਾ ਸੈਸ਼ਨ, ਅਕਾਲੀ ਦਲ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਆ ਕਿ 3 ਦਿਨ ਦੇ ਸੈਸ਼ਨ 'ਚ ਕਿਹੜੇ ਕਿਹੜੇ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਹੋਏਗੀ, ਸੈਸ਼ਨ ਲੰਬਾ ਹੋਣਾ ਚਾਹੀਦਾ ਸੀਗਾ, ਸਰਕਾਰ ਨੇ ਇੰਨਾ ਛੋਟਾ ਸੈਸ਼ਨ ਕਿਉਂ ਬੁਲਾਇਆ? ਦੇਖੋ, ਸੈਸ਼ਨ 'ਤੇ ਕੋਈ ਕੈਪਿੰਗ ਤਾਂ ਹੈ ਨਹੀਂ। ਜੇ ਕੋਈ ਮੁੱਦੇ ਡਿਸਕਸ ਕਰਨ ਵਾਲੇ ਰਹਿ ਜਾਣਗੇ ਤਾਂ BAC 'ਚ ਡਿਸਾਈਡ ਹੋ ਸਕਦਾ, ਇਹ ਤਾਂ ਕੋਈ ਵੱਡੀ ਗੱਲ ਨਹੀਂ। ਔਰ ਮੈਂ ਤੁਹਾਨੂੰ ਇੱਕ ਗੱਲ ਵੱਲੋਂ ਅਸ਼ੋਰ ਕਰਦਾ ਵੀ ਕੋਈ ਵੀ ਸਾਡਾ ਮਾਣਯੋਗ ਮੈਂਬਰ ਐਸਾ ਨਹੀਂ ਰਹੇਗਾ ਜਿਹਨੂੰ ਬੋਲਣ ਦਾ ਮੌਕਾ ਨਾ ਦਿੱਤਾ ਜਾਵੇ। ਸਾਰੇ ਬੋਲਣਗੇ, ਸਾਰੇ ਮੁੱਦੇ ਡਿਸਕਸ ਕਰਾਂਗੇ,
ਬਾਕੀ ਬੀ ਏ ਸੀ ਹੈ, ਬੀ ਏ ਸੀ ਡਿਸਾਈਡ ਹੋ ਜਾਏਗਾ। ਤੁਹਾਨੂੰ ਲੱਗਦਾ ਸੈਸ਼ਨ ਛੋਟਾ ਜਾਂ ਠੀਕ ਹੈ? ਦੇਖੋ ਜਿਸ ਹਿਸਾਬ ਨਾਲ ਬਿਜ਼ਨਸ ਹੈ ਉਸ ਹਿਸਾਬ ਨਾਲ ਤਾਂ ਠੀਕ ਆ, ਜੇ ਬਿਜ਼ਨਸ ਹੋਰ ਆ ਗਿਆ ਤਾਂ ਬੀ ਏ ਸੀ ਡਿਸਾਈਡ ਕਰ ਸਕਦੀ ਹੈ। ਕਿਉਂਕਿ ਚਾਰ ਜ਼ਿਮਨੀ ਚੋਣਾਂ ਪੰਜਾਬ 'ਚ ਪੈਂਡਿੰਗ ਪਈਆਂ ਨੇ, ਚਾਰ ਅਸਤੀਫੇ ਤੁਹਾਡੇ ਕੋਲ ਆ ਗਏ, ਤੁਸੀਂ ਮਨਜ਼ੂਰ ਕਰ ਲਏ। ਡਾਕਟਰ ਸੁੱਖੀ ਹੋਰੀ ਅਕਾਲੀ ਦਲ ਦੇ ਵਿਧਾਇਕ ਬੰਗਾ ਤੋਂ, ਉਹ ਵੀ ਪਾਰਟੀ ਬਦਲ ਗਏ ਨੇ, ਕਾਨੂੰਨ ਕੀ ਕਹਿੰਦਾ ਜਦੋਂ ਪਾਰਟੀ ਬਦਲ ਦਿੱਤੀ ਜਾਵੇ? ਅਸਤੀਫਾ ਆਟੋਮੈਟਿਕ ਕਬੂਲ ਹੁੰਦਾ, ਅਸਤੀਫਾ ਦੇਣਾ ਪੈਂਦਾ, ਜਾਂ ਉਹ ਵਿਧਾਇਕ ਦੀ ਕੁਰਸੀ ਦੇ ਉੱਤੇ ਬੈਠ ਸਕਦੇ ਨੇ? ਕਾਨੂੰਨ ਕੀ ਕਹਿੰਦਾ ਵਿਧਾਨ ਸਭਾ ਦਾ? ਦੇਖੋ ਇਹਦੇ ਲਈ ਬੜਾ ਵਿਸਤ੍ਰਿਤ ਦੀ ਪ੍ਰੋਵੀਜ਼ਨ ਹੈਗੀ ਆ, ਸੋ ਜੋ ਕਾਨੂੰਨ ਵਾਰੰਟ ਕਰੇਗਾ ਉਹ ਐਕਟ ਕੀਤਾ ਜਾਏਗਾ। ਅਕਾਲੀ ਦਲ ਦੇ ਵਿਧਾਇਕ ਰਹਿਣਗੇ, ਉਹ ਆ ਸਕਦੇ ਸੈਸ਼ਨ ਅਟੈਂਡ ਕਰ ਸਕਦੇ ਨੇ, ਜਾਂ ਆਮ ਆਦਮੀ ਪਾਰਟੀ 'ਚ ਆ ਗਏ ਨੇ ਤਾਂ ਆਟੋਮੈਟਿਕਲੀ ਉਹ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਨਹੀਂ ਕਰ ਸਕਦੇ? ਇਹ ਹਜੇ ਉਹਨਾਂ ਦੀ ਫਾਈਲ ਮੇਰੇ ਕੋਲ ਆਈ ਨਹੀਂ, ਜਦੋਂ ਆਈ ਉਹਦੇ ਡਿਸਾਈਡ ਕਰਾਂਗੇ ਕੀ ਹੁੰਦਾ। ਕੀ ਉਹਨਾਂ ਨੇ ਅਸਤੀਫਾ ਭੇਜਿਆ ਜਾਂ ਅਜੇ ਅਸਤੀਫਾ ਨਹੀਂ ਭੇਜਿਆ? ਨਹੀਂ, ਮੇਰੇ ਕੋਲ ਕੋਈ ਹਜੇ ਅਸਤੀਫਾ ਨਹੀਂ ਆਇਆ। ਔਰ ਵੈਸੇ ਟੈਕਨੀਕਲ ਤੌਰ 'ਤੇ ਕਿੰਨੀ ਦੇਰ ਜਿਹੜੇ ਵਿਧਾਇਕ ਰਹਿ ਸਕਦੇ ਨੇ ਜੇ ਦੇਖਿਆ ਜਾਵੇ? ਜੇ ਕੋਈ ਪਾਰਟੀ ਬਦਲਦੇ ਤਾਂ ਆਟੋਮੈਟਿਕਲੀ ਉਹਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ, ਕੀ ਹੁੰਦਾ? ਇਹਦਾ ਇੱਕ ਸੈੱਟ ਪ੍ਰੋਸੀਜਰ ਹੈ, ਸਾਡਾ ਸਾਰਾ ਪੂਰਾ ਪ੍ਰੋਸੀਜਰ ਪੂਰਾ ਕਰਨਾ ਪੈਂਦਾ।